ਕਹਿੰਦੇ ਕਾਰੋਬਾਰ ਬਚਾਉਣ ਲਈ ਪਟਿਆਲਾ ਤੋਂ ਕੇਵਲ ਪਿੱਟਲ ਨੂੰ ਹਾਈਕੋਰਟ ਜਾਣਾ ਪਿਆ ਇਨਸਾਫ ਲੈਣ ਦੇ ਲਈ। ਪਟਿਆਲਾ ਦੀ ਸਮੁੱਚੇ ਪੰਜਾਬ ਤੋਂ ਸਾਰੇ ਪੰਜਾਬ ਦੇ ਆਪਰੇਟਰਾਂ ਨੇ ਇਕੱਠੇ ਹੋ ਕੇ ਇੱਕ ਹਾਈਕੋਰਟ ਫਾਸਟ ਹੋਏ ਦੇ ਸਾਰੇ ਡਾਇਰੈਕਟਰ ਇਹਨਾਂ ਦੇ ਜੋ ਓਨਰ ਨੇ ਸਾਰਿਆਂ ਨੇ ਇਕੱਠੇ ਹੋ ਕੇ ਹਾਈਕੋਰਟ ਦੇ ਵਿੱਚ ਅਪੀਲ ਪਾਈ ਸੀ ਤੇ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਵਿਸ਼ਵਾਸ ਸਾਨੂੰ ਹਾਈਕੋਰਟ ਦੇ ਉੱਪਰ ਕਿ ਉਹਨਾਂ ਨੇ ਤੁਰੰਤ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਕਿ ਜਲਦੀ ਇਹਨਾਂ ਦਾ ਜੋ ਕੇਸ ਆ ਜੋ ਇਹਨਾਂ ਦਾ ਐਗਰੀਮੈਂਟ ਰਿਵਿਊ ਕੀਤਾ ਜਾਵੇ ਤੇ ਮਾਨਯੋਗ ਜੱਜ ਸਾਹਿਬ ਨੇ ਵੀ ਗੱਲ ਕਹੀ ਆ ਕਿ 9 ਤਰੀਕ ਨੂੰ ਲੈ ਕੇ ਆਇਆ, ਨਹੀਂ ਤਾਂ ਮੈਂ ਕੇਸ ਸੀਬੀਆਈ ਨੂੰ ਜਾਂ ਸਿੱਟ ਬਣਾ ਕੇ ਆਈਪੀਐਸ ਬਾਹਰੋਂ ਆਈਪੀਐਸ ਲੈ ਕੇ ਸਿੱਟ ਬਣਾ ਕੇ ਇਹ ਕੇਸ ਦੀ ਪੂਰਾ ਦੁੱਧ ਦੁੱਧ ਪਾਣੀ ਕਰਾਂਗੇ, ਲੋਕਾਂ ਨੂੰ ਇਨਸਾਫ ਦਵਾਵਾਂਗੇ। ਆਉਂਦੇ ਦਿਨ ਦੇਖੋਗੇ ਕਿ ਦੁੱਧ ਦੁੱਧ ਪਾਣੀ ਪਾਉਣੇ ਹੋ। ਕਹਿੰਦੇ ਕਾਰੋਬਾਰ ਬਚਾਉਣ ਲਈ ਪਟਿਆਲਾ ਤੋਂ ਕੇਵਲ ਪਿੱਟਲ ਨੂੰ ਹਾਈਕੋਰਟ ਜਾਣਾ ਪਿਆ ਇਨਸਾਫ ਲੈਣ ਦੇ ਲਈ। ਪਟਿਆਲਾ ਦੀ ਸਮੁੱਚੇ ਪੰਜਾਬ ਤੋਂ ਸਾਰੇ ਪੰਜਾਬ ਦੇ ਆਪਰੇਟਰਾਂ ਨੇ ਇਕੱਠੇ ਹੋ ਕੇ ਇੱਕ ਹਾਈਕੋਰਟ ਫਾਸਟ ਹੋਏ ਦੇ ਸਾਰੇ ਡਾਇਰੈਕਟਰ ਇਹਨਾਂ ਦੇ ਜੋ ਓਨਰ ਨੇ ਸਾਰਿਆਂ ਨੇ ਇਕੱਠੇ ਹੋ ਕੇ ਹਾਈਕੋਰਟ ਦੇ ਵਿੱਚ ਅਪੀਲ ਪਾਈ ਸੀ, ਜੋ ਮਾਨਯੋਗ ਹਾਈਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਕਿ ਉਹਨਾਂ ਨੇ ਜੋ ਇਹਨਾਂ ਨੇ ਜੋ ਪੰਜਾਬ ਬਿਜਲੀ ਬੋਰਡ ਦਾ ਤੇ ਫਾਸਟਵੇ ਦਾ ਖੰਭਿਆਂ ਦਾ ਐਗਰੀਮੈਂਟ ਸੀਗਾ ਉਹ ਰੱਦ ਕਰਤਾ ਸੀਗਾ ਤੇ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਵਿਸ਼ਵਾਸ ਸਾਨੂੰ ਹਾਈਕੋਰਟ ਦੇ ਉੱਪਰ ਕਿ ਉਹਨਾਂ ਨੇ ਤੁਰੰਤ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਕਿ ਜਲਦੀ ਇਹਨਾਂ ਦਾ ਜੋ ਹੋਆ ਕੇਸ ਆ ਜੋ ਇਹਨਾਂ ਦਾ ਐਗਰੀਮੈਂਟ ਰਿਵਿਊ ਕੀਤਾ ਜਾਵੇ ਤੇ ਇਹਨਾਂ ਨੂੰ ਜੋ ਪੰਜਾਬ ਦੇ ਸੇਵਾ ਕਰ ਰਹੇ ਨੇ ਪੂਰੀ ਕਰਨੀ ਚਾਹੀਦੀ ਆ। ਦੂਜੀ ਗੱਲ, ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ 9 ਤਰੀਕ ਤੱਕ ਜਨਵਰੀ ਤੱਕ ਜਿੰਨੀਆਂ ਝੂਠੀਆਂ ਪਰਚੇ ਝੂਠੇ ਪਰਚੇ ਹੋਏ ਨੇ, ਤਾਰਾਂ ਦੀ ਕਟਿੰਗ ਹੋਈ, ਲੁੱਟ ਖੁੱਟ ਹੋਈ ਆ, ਜੋ ਉਹਦੇ ਆਪਰੇਟਰਾਂ ਦਾ ਫਾਸਟਵੇਅਰ ਨੁਕਸਾਨ ਹੋਇਆ ਤੇ ਪਰਚੇ ਹਜੇ ਤੱਕ ਦਰਜ ਨਹੀਂ ਕੀਤੇ ਉਹਨਾਂ ਦੀ ਰਿਪੋਰਟ ਦਿੱਤੀ ਜਾਵੇ ਤੇ ਮਾਨਯੋਗ ਜੱਜ ਸਾਹਿਬ ਨੇ ਵੀ ਗੱਲ ਕਹੀ ਆ ਕਿ 9 ਤਰੀਕ ਨੂੰ ਲੈ ਕੇ ਆਇਆ, ਨਹੀਂ ਤਾਂ ਮੈਂ ਕੇਸ ਸੀਬੀਆਈ ਨੂੰ ਜਾਂ ਸਿੱਟ ਬਣਾ ਕੇ ਆਈਪੀਐਸ ਬਾਹਰੋਂ ਆਈਪੀਐਸ ਲੈ ਕੇ ਸਿੱਟ ਬਣਾ ਕੇ ਇਹ ਕੇਸ ਦੀ ਪੂਰਾ ਦੁੱਧ ਦੁੱਧ ਪਾਣੀ ਕਰਾਂਗੇ, ਲੋਕਾਂ ਨੂੰ ਇਨਸਾਫ ਦਵਾਵਾਂਗੇ। ਜਿਹੜੇ 10-10 ਹਜ਼ਾਰ 20-20 ਹਜ਼ਾਰ ਰੁਪਇਆ ਕਮਾਉਣ ਵਾਲੇ ਮਹੀਨਾ ਕਮਾਉਣ ਵਾਲੇ ਉਹਨਾਂ ਦੇ ਉੱਪਰ ਆ ਕੀਤਾ ਜਾ ਰਿਹਾ। ਤੁਸੀਂ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਅੰਮ੍ਰਿਤਸਰ, ਜਲੰਧਰ ਜਾ ਕੇ ਦੇਖੋ ਕੀ ਹੋ ਰਿਹਾ। ਆਉਂਦੇ ਤੁਸੀਂ ਦਿਨ ਦੇਖੋਗੇ ਕਿ ਦੁੱਧ ਦੁੱਧ ਪਾਣੀ ਪਾਉਣੇ ਹੋਊਗਾ। ਲੋਕਾਂ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਦੇ ਐਵੇਂ ਘਰਾਓ ਕਰਨਾ ਚਾਹੀਦਾ ਜਿਹੜਾ ਧੱਕਾ ਕਰਦਾ ਤੇ ਅਸੀਂ ਕੰਪਲੇਂਟਾਂ ਦੇ ਰਹੇ ਹਾਂ ਤੁਹਾਡੇ ਸਾਹਮਣੇ ਆ। 9 ਤਰੀਕ ਤੋਂ ਬਾਅਦ ਜਿਹੜੇ ਵੀ ਜਿਨ੍ਹਾਂ ਦੇ ਖਿਲਾਫ਼ ਕੰਪਲੇਂਟਾਂ ਦਿੱਤੀਆਂ ਇੱਥੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਖਿਲਾਫ਼ ਕਾਰਵਾਈ ਨਹੀਂ ਕੀਤੀ। ਸੋ ਸਾਨੂੰ ਮਾਨਯੋਗ ਹਾਈਕੋਰਟ ਤੇ ਉਮੀਦ ਆ ਵੀ ਤੁਰੰਤ ਕੇਸ ਸੀਬੀਆਈ ਨੂੰ ਮਾਰਕ ਹੋਣਾ ਚਾਹੀਦਾ ਤੇ ਜਿਹੜੇ ਚਾਹੇ ਐਮਐਲਏ ਆ ਚਾਹੇ ਉਹਦੇ ਵਰਕਰ ਨੇ ਜਿਨ੍ਹਾਂ ਨੇ ਵੀ ਗੁੰਡਾਗਰਦੀ ਕੀਤੀ ਆ ਉਹ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਪਰਚੀ ਹੋਣੀ ਚਾਹੀਦੀ ਆ ਤੇ ਉਸ ਆਪਰੇਟਰਾਂ ਗਰੀਬ ਆਪਰੇਟਰਾਂ ਨੂੰ ਕਾਰੋਬਾਰ ਵਾਪਸ ਹੋਣਾ ਚਾਹੀਦਾ। ਕਹਿੰਦੇ ਕਾਰੋਬਾਰ ਬਚਾਉਣ ਲਈ ਪਟਿਆਲਾ ਤੋਂ ਕੇਵਲ ਪਿੱਟਲ ਨੂੰ ਹਾਈਕੋਰਟ ਜਾਣਾ ਪਿਆ ਇਨਸਾਫ ਲੈਣ ਦੇ ਲਈ। ਪਟਿਆਲਾ ਦੀ ਸਮੁੱਚੇ ਪੰਜਾਬ ਤੋਂ ਸਾਰੇ ਪੰਜਾਬ ਦੇ ਆਪਰੇਟਰਾਂ ਨੇ ਇਕੱਠੇ ਹੋ ਕੇ ਇੱਕ ਹਾਈਕੋਰਟ ਫਾਸਟ ਹੋਏ ਦੇ ਸਾਰੇ ਡਾਇਰੈਕਟਰ ਇਹਨਾਂ ਦੇ ਜੋ ਓਨਰ ਨੇ ਸਾਰਿਆਂ ਨੇ ਇਕੱਠੇ ਹੋ ਕੇ ਹਾਈਕੋਰਟ ਦੇ ਵਿੱਚ ਅਪੀਲ ਪਾਈ ਸੀ, ਜੋ ਮਾਨਯੋਗ ਹਾਈਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਕਿ ਉਹਨਾਂ ਨੇ ਜੋ ਇਹਨਾਂ ਨੇ ਜੋ ਪੰਜਾਬ ਬਿਜਲੀ ਬੋਰਡ ਦਾ ਤੇ ਫਾਸਟਵੇ ਦਾ ਖੰਭਿਆਂ ਦਾ ਐਗਰੀਮੈਂਟ ਸੀਗਾ ਉਹ ਰੱਦ ਕਰਤਾ ਸੀਗਾ ਤੇ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਵਿਸ਼ਵਾਸ ਸਾਨੂੰ ਹਾਈਕੋਰਟ ਦੇ ਉੱਪਰ ਕਿ ਉਹਨਾਂ ਨੇ ਤੁਰੰਤ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਕਿ ਜਲਦੀ ਇਹਨਾਂ ਦਾ ਜੋ ਹੋਆ ਕੇਸ ਆ ਜੋ ਇਹਨਾਂ ਦਾ ਐਗਰੀਮੈਂਟ ਰਿਵਿਊ ਕੀਤਾ ਜਾਵੇ ਤੇ ਇਹਨਾਂ ਨੂੰ ਜੋ ਪੰਜਾਬ ਦੇ ਸੇਵਾ ਕਰ ਰਹੇ ਨੇ ਪੂਰੀ ਕਰਨੀ ਚਾਹੀਦੀ ਆ। ਦੂਜੀ ਗੱਲ, ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ 9 ਤਰੀਕ ਤੱਕ ਜਨਵਰੀ ਤੱਕ ਜਿੰਨੀਆਂ ਝੂਠੀਆਂ ਪਰਚੇ ਝੂਠੇ ਪਰਚੇ ਹੋਏ ਨੇ, ਤਾਰਾਂ ਦੀ ਕਟਿੰਗ ਹੋਈ, ਲੁੱਟ ਖੁੱਟ ਹੋਈ ਆ, ਜੋ ਉਹਦੇ ਆਪਰੇਟਰਾਂ ਦਾ ਫਾਸਟਵੇਅਰ ਨੁਕਸਾਨ ਹੋਇਆ ਤੇ ਪਰਚੇ ਹਜੇ ਤੱਕ ਦਰਜ ਨਹੀਂ ਕੀਤੇ ਉਹਨਾਂ ਦੀ ਰਿਪੋਰਟ ਦਿੱਤੀ ਜਾਵੇ ਤੇ ਮਾਨਯੋਗ ਜੱਜ ਸਾਹਿਬ ਨੇ ਵੀ ਗੱਲ ਕਹੀ ਆ ਕਿ 9 ਤਰੀਕ ਨੂੰ ਲੈ ਕੇ ਆਇਆ, ਨਹੀਂ ਤਾਂ ਮੈਂ ਕੇਸ ਸੀਬੀਆਈ ਨੂੰ ਜਾਂ ਸਿੱਟ ਬਣਾ ਕੇ ਆਈਪੀਐਸ ਬਾਹਰੋਂ ਆਈਪੀਐਸ ਲੈ ਕੇ
ਸਿੱਟ ਬਣਾ ਕੇ ਇਹ ਕੇਸ ਦੀ ਪੂਰਾ ਦੁੱਧ ਦੁੱਧ ਪਾਣੀ ਕਰਾਂਗੇ, ਲੋਕਾਂ ਨੂੰ ਇਨਸਾਫ ਦਵਾਵਾਂਗੇ। ਜਿਹੜੇ ਦਸ ਦਸ ਹਜ਼ਾਰ ਵੀਹ ਹਜ਼ਾਰ ਰੁਪਇਆ ਕਮਾਉਣ ਵਾਲੇ, ਮਹੀਨਾ ਕਮਾਉਣ ਵਾਲੇ, ਉਹਨਾਂ ਦੇ ਉੱਪਰ ਆ ਕੀਤਾ ਜਾ ਰਿਹਾ। ਤੁਸੀਂ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਅੰਮ੍ਰਿਤਸਰ, ਜਲੰਧਰ ਜਾ ਕੇ ਦੇਖੋ ਕੀ ਹੋ ਰਿਹਾ। ਆਉਂਦੇ ਤੁਸੀਂ ਦਿਨ ਦੇਖੋਗੇ ਕਿ ਦੁੱਧਾਂ ਤੋਂ ਪਾਣੀ ਪਾਉਣੇ ਹੋਊਗਾ। ਲੋਕਾਂ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਦੇ ਐਵੇਂ ਘਰਾਓ ਕਰਨਾ ਚਾਹੀਦਾ ਜਿਹੜਾ ਧੱਕਾ ਕਰਦਾ, ਤੇ ਅਸੀਂ ਕੰਪਲੇਂਟਾਂ ਦੇ ਰਹੇ ਹਾਂ ਤੁਹਾਡੇ ਸਾਹਮਣੇ ਆ। 9 ਤਰੀਕ ਤੋਂ ਬਾਅਦ ਜਿਹੜੇ ਵੀ ਜਿਨ੍ਹਾਂ ਦੇ ਖਿਲਾਫ਼ ਕੰਪਲੇਂਟਾਂ ਦਿੱਤੀਆਂ ਇੱਥੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਖਿਲਾਫ਼ ਕਾਰਵਾਈ ਕੀਤੀ। ਸੋ ਸਾਨੂੰ ਮਾਨਯੋਗ ਹਾਈਕੋਰਟ ਤੇ ਉਮੀਦ ਆ ਵੀ ਤੁਰੰਤ ਕੇਸ ਸੀਬੀਆਈ ਨੂੰ ਮਾਰਕਾਉਣਾ ਚਾਹੀਦਾ, ਤੇ ਜਿਹੜੇ ਚਾਹੇ ਐਮਐਲਏ ਆ ਚਾਹੇ ਉਹਦੇ ਵਰਕਰ ਨੇ ਜਿਨ੍ਹਾਂ ਨੇ ਵੀ ਗੁੰਡਾਗਰਦੀ ਕੀਤੀ ਆ ਉਹ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਪਰਚੀ ਹੋਣੀ ਚਾਹੀਦੀ ਆ, ਤੇ ਉਸ ਆਪਰੇਟਰਾਂ ਗਰੀਬ ਆਪਰੇਟਰਾਂ ਨੂੰ ਕਾਰੋਬਾਰ ਵਾਪਸ ਹੋਣਾ ਚਾਹੀਦਾ।